गुड मॉर्निंग प्लस गुड आफ्टरनून भी ते हुण तुसी सोचना इन्नी लेट व्लॉग स्टार्ट कीता खाया दूजी बार लगा मेरे गुड मॉर्निंग गुड मॉर्निंग आफ्टरनून गुड इवनिंग कहना टाइम हो गया टाइम पता कितना हो गया गुड मॉर्निंग मनाली गुड आफ्टरनून मनाली 3:22 मिनट हो गए 3:30 हो गए शाम के मैं तो पहाड़ देख रहा हूं तो देख के तो हो ना हां ਅਸੀਂ ਅੱਜ ਲੇਟ ਕਿਉਂ ਹੋਏ ਆ ਪਹਿਲਾਂ ਇਹ ਪੁੱਛਣਾ ਉਹਨੂੰ ਲੇਟ ਕਿਉਂ ਹੋਇਆ ਕਿਹਨੇ ਪੁੱਛਣਾ ਲੇਟ ਅਸੀਂ ਸਾਡੀ ਮਰਜ਼ੀ ਲੇਟ ਹੋ ਗਏ ਨਹੀਂ ਲੇਟ ਅਸੀਂ ਇੱਦੇ ਹੋ ਗਏ ਸਵੇਰ ਦੇ ਬਸ ਹੋਏ ਆ ਅੱਜ ਢਿੱਲੇ ਹੀ ਸੀਗਾ ਕੰਮ ਅੱਜ ਬੈਠੇ ਦੇ ਆਰਾਮ ਨਾਲ ਅੱਜ ਨਾ ਬਸ ਗੱਲਾਂ ਕਰੀ ਗਏ ਇੱਕ ਨਾ ਉਹ ਟਰੈਕਿੰਗ ਕੀਤੀ ਉੱਚ ਥੱਕ ਬਹੁਤ ਗਏ ਉਹਦੇ ਕਰਕੇ ਹੈ ਨਾ ਥਕਾਵਟ ਜੀ ਰਹੀ ਆ ਟ੍ਰਿਪ ਦੇ ਵਿੱਚ ਅਸੀਂ ਉਹ ਗਲਤ ਟਾਈਮ ਠੀਕ ਹੋ ਜੀ ਨਾ ਜੋ ਗਲਤ ਟਾਈਮ ਕਰ ਲਿਆ ਮੇਰਾ ਸਾਨੂੰ ਬਾਕੀ ਸਰਵਿਸ ਕਰਨਾ ਚਾਹੀਦਾ ਸੀਗਾ ਬਾਅਦ ਸਾਨੂੰ ਟਰੈਕ सुलांग वैली ਮਤਲਬ ਇਹ ਤੋਂ ਪਹਿਲਾਂ ਤੁਸੀਂ ਦੇਖ ਲਿਆ ਹੋਣਾ ਮਤਲਬ 6 ਵਜੇ ਵਲੌਗ ਪਾ ਕੇ ਦੇਖਣਾ ਆ ਉਹਦੇ ਬਾਅਦ ਸ਼ਾਇਦ ਦੇਖਾਂਗੇ ਅਗਰ ਵਧੀਆ ਰਿਸਪੌਂਸ ਆ ਫਿਰ ਭਾਲੂ ਜੇ ਕਿੰਨੇ ਸੋਹਣੇ ਆ ਮੋਟੇ ਮੋਟੇ ਆ ਤੇ ਉਹ ਮੇਰੇ ਦਾ ਪਾ ਟਾਈਮ ਮੇਰੇ ਵਾਲ ਉਹ ਖਿਲ ਰਹੀ ਜਾਂਦੇ ਕਹਿੰਦੇ ਉਹ ਜਾਂਦੇ ਇਦਾਂ ਸਿਰ ਨਾ ਲਿਆ ਤੇ ਬਾਕੀ ਹੁਣ ਅਸੀਂ ਅੱਜ ਨਾ ਅਸੀਂ ਜਦੋਂ ਅੱਗੇ ਆਏ ਸੀ ਹਮਟਾ ਪਾਸ ਚਲੇ ਗਏ ਸੀ ਤਾਂ ਸਾਨੂੰ ਕਿਸੇ ਨੇ ਕਹੇ ਤੂੰ ਸਲਾਂਗ ਵੈਲੀ ਕੱਤ ਨਹੀਂ ਜਾ ਕੇ ਆਏ ਅਸੀਂ ਬਨਾਲੀ ਤਾਂ ਹੀ ਆਏ ਆ ਆਪਾਂ ਪਹਿਲਾਂ ਅੱਜ ਸਲਾਂਗ ਵੈਲੀ ਜਾਣਾ ਆ ਉਹ ਦੇਖ ਕੇ ਆਈਏ ਇਹ ਤਾਂ ਦੋ ਤਿੰਨ ਜਗ੍ਹਾ ਕਹਿੰਦੇ ਬਹੁਤ ਫੇਮਸ ਆ ਇਹ ਕਰਾਊਡ ਨਹੀਂ ਇੱਥੇ ਹੈਗਾ ਆਪਾਂ ਗਏ ਨਹੀਂ ਹੈਗੇ ਉੱਥੇ ਆਪਾਂ ਸਿਆਣੇ ਫੇਰ ਆਵਾਂਗੇ ਪਰ ਆਪਾਂ ਦੇਖ ਕੇ ਜਾਵਾਂਗੇ ਸਲਾਂਗ ਵੈਲੀ ਹੁੰਦਾ ਕੀ ਆ ਨਹੀਂ ਹੁੰਦਾ ਨਹੀਂ ਮੈਂ ਉਹੀ ਗੱਲ ਦੱਸਦੀ ਪਈ ਆ ਮੇਰੀ ਗੱਲ ਕਦੇ ਵੀ ਸੁਣਨ ਦੇ ਨਹੀਂ ਠੀਕ ਆ ਤੇ ਅਸੀਂ ਅਜੇ ਦੋ ਤਿੰਨ ਜਗ੍ਹਾ ਇੱਥੇ ਜਿਹੜੀਆਂ ਸ਼ਾਇਦ ਉਹ ਦੇਖ ਕੇ ਆਉਣੀ ਆ ਬਾਕੀ ਸਲਾਹ ਬੰਦੀ ਆ ਕੋਈ ਪਤਾ ਨਹੀਂ ਚੇਂਜ ਵੀ ਹੋ ਸਕਦਾ ਆ ਪੱਲੂ ਵਾਲੀ ਠੀਕ ਆ ਸੋ ਉਹ ਚਲੋ ਜਾਈ ਸੀ ਰਾਤ ਨੂੰ ਤੇ ਪਹਾੜ ਵਾਲੇ ਦਿਨ ਨਾ ਹਾਂ ਚੱਲੀਏ ਮਿਲਦੇ ਆ ਥੋੜੀ ਦੇਰ ਬਾਅਦ ਚੋ ਚਲੋ ਆ ਆਪਣੇ ਅੱਜ ਦੇ ਵਲੌਗ ਨੇ ਤਾਂ ਹੱਦ ਹੀ ਕਰਤੀ ਯੈਸ ਬ్రో ਰੈਡੀ ਬ్రో ਸਟਾਰਟ ਹੁੰਦਾ ਟਾਈਮ ਦੁਆਈ ਨੂੰ ਰੈਡੀ ਬ్రో ਓਕੇ ਬ్రో ਲੈਟਸ ਗੋ ਬ్రో ਆਮ ਕਮਿੰਗ ਬ్రో ਓਕੇ ਬ్రో ਓਕੇ ਚਲੋ ਰੈਡੀ ਹੋ ਗਏ ਭਾਜੀ ਹੁਣ ਚੱਲੀਏ ਹੁਣ ਸਵਾ ਚਾਰ ਦੇ ਗੱਲਾਂ ਕਰਦੇ ਆ ਇੰਗਲਿਸ਼ ਚ ਪੰਜਾਬੀ ਬੋਲਦੇ ਕਦੇ ਚੁੱਪ ਰਹਿ ਜਿਨਾਂ ਦੇ ਲੈਟਸ ਗੋ ਪੁਰਾ ਬਾਗ ਡੇਲੀ ਸ਼ਰਟ ਪਾਲੀ ਤੈਨੂੰ ਠੰਡ ਲੱਗਦੀ ਆ ਮੰਗਲਾ ਬਾਹਰ ਖਾਣ ਦੇ ਆ ਪਹਿਲਾਂ ਤਾਂ ਜੋ ਮੈਂ ਬਾਹਰ ਗਿਆ ਸੀ ਉਹ ਤਾਂ ਬਾਹਰ ਧੁੱਪ ਸੀ ਜੇ ਮੈਂ ਉਹੀ ਜੈਕਟ ਪਾਉਂਦੀ ਤਾਂ ਮੈਂ ਸਾਰੇ ਬਲੌਗ ਤੇ ਆ ਸ਼ਰਟ ਹੀ ਪਾਈ ਉਹਦੇ ਪਹਿਲਾਂ ਅਸੀਂ ਕਿਉਂਕਿ ਮੋٹے ਕੱਪੜੇ ਲੈ ਕੇ ਹੀ ਆਏ ਸੀਗੇ ਨਾਲ ਮੈਂ ਤਾਂ ਹੁਣ ਕਹਿੰਦਾ ਆ ਉੱਪਰ ਲੈ ਲਾਈ ਸ਼ਰਟ ਪਈ ਸੀ ਚੱਕ ਲੈ ਹਾਂ ਹਾਂ ਕੋਈ ਚੱਕਰ ਨਹੀਂ ਮੈਂ ਤਾਂ ਲੈ ਕੇ ਨਹੀਂ ਆਇਆ ਸੀ ਮੋٹے ਕੱਪੜੇ ਕਰਨ ਵੀ ਨਹੀਂ ਲੈ ਕੇ ਆਈ ਸੀ ਪਰ ਫਿਰ ਵੀ ਕਰਨ ਕਹਿੰਦੀ ਸ਼ਰਟ ਲੈ ਜਾ ਨਾਲ ਪਤਾ ਨਹੀਂ ਤਾਂ ਬਾਅਦ ਠੰਡ ਹੋ ਸਕਦੀ ਆ ਕੋਈ ਜਾਣਾ ਕਿੱਥੇ ਮੇਰੇ ਵੀਰੋ ਸਲਾਂਗ ਵੈਲੀ ਜਾਣਾ ਕਹਿੰਦੇ ਫਾਈਨਲੀ ਹੁਣ ਅਸੀਂ ਚੱਲੇ ਆ ਮਨਾਲੀ ਐਕਸਪਲੋਰ ਕਰਨ ਸ਼ਰਟ ਪਾਲੀ ਮੈਂ ਨਾਲ ਵੀ ਚੱਕ ਲੈਂਦਾ ਕਹਿ ਦਿਓ ਜੇ ਕਹਿਣਾ ਹੋਵੇ ਉਹ ਵੀ ਪਾਈ ਜਾਂਦੇ ਆ ਕੋਈ ਗੱਲ ਨਹੀਂ ਹੈਲੋ ਲੱਗਦਾ ਨਾ ਇੱਕਦਮ ਭੂਤੀਆ ਤਾਂ ਜੀ ਹੁਣ ਨਾ ਟਾਈਮ ਮੈਂ ਤਾਂ ਕਿ ਰੂਮ ਨਾ ਬਾਹਰ चलान भी बहुत तकड़ा कट दे याद होना राती भी दस्या सीगा 500 दा कट दे सीधा चंगिया गल्लां नहीं हैगियां चले आ मनाली घूमन कसिया पिटिया जा जिदा का भी लगा लैके चले हम नहीं नवे लवाने बाहर जा गया सॉरी प्लीज चलो ठीक है मिलने बाहर निकल के तू चार तीकर असी अपने रूम दे दो तीन बार लॉक खोल ना लिए निकल के कमरे तो बाहर वो तक पता थोड़ा लगता सी चले हाँ कितने पहला मैं मास्क भुलिया पहला ऊँ लॉक लाया फिर मैं मास्क भुलिया फिर तीजी बार हूँ पवने चाबी भुलिया अपनी गड्डी के अंदर ही तो अं रेडी खड़े हाँ पवना चाबी चकन गया तो फिर चलते हैं फिर मिलने जो आप लास्ट टाइम आए थे उत्थे तक भी बर्फ सी है ना
ਦੱਸਦੀ ਸੀ ਰੂੜੀ ਛੋਟਾ ਪਵਨਾ ਛੋਟਾ ਪਵਨਾ ਛੋਟਾ ਪਵਨਾ ਨਹੀਂ ਯਾਰ ਹੈਗੀ ਸੀ ਸੱਚੀ ਕਹਿੰਨੀ ਆ ਇਧਰਲੀਆਂ ਚਲਾ ਹੋਰ ਪਹਾੜੀਆਂ ਉਹ ਜਿਹੜੀ ਉਧਰਲੀਆਂ ਸੀ ਉਹਦਾ ਤੇ ਹੈਗੀ ਸੀ ਫਿਰ ਇਧਰ ਵੀ ਹੋਣੀ ਆ ਨਾ ਸ਼ਾਇਦ ਧਿਆਨ ਨਹੀਂ ਦਿੱਤਾ ਨਾ ਚਲੋ ਠੀਕ ਆ ਮਿਲਦੇ ਆ ਮਨਾਲੀ ਇੰਨਾ ਜ਼ਿਆਦਾ ਠੰਡਾ ਹੈ ਨਾ ਗੱਡੀ ਵੀ ਨਹੀਂ ਗਰਮ ਹੁੰਦੀ ਇੱਥੇ ਸਾਨੂੰ 5-7 ਮਿੰਟ ਹੋ ਗਏ ਗੱਡੀ ਸਟਾਰਟ ਨੂੰ ਇੱਥੇ ਖੜਿਆ ਨੂੰ हाँ जी तो लो जी आप सलांग वैली पहुँच गए हैं। वैसे सीजन नालों थोड़ा जिहा घट आ, तो सीजन के बाइक सुनिया आ 1500 रुपए की आते हमने 1000 रुपए की आ। बाइक राइड तो आप करांगे पैराशूट नूं आ मन नहीं मन गया किसी हो गई मैंने कहती पैराशूट नहीं चलाना पैराशूट तुहानूं एक बार दे ला ड्रीम ब्रो ड्रीम है ठंड ये ठीक है ठंड तो है नहीं ठीक डर भी लगता है जो तो मैं चला तो कहीं तय नहीं होली कहना पर लगी सब तेन ऑफ रोड च गड्डी चला मैं ऑफ रोड करना पता पहला असं इतने पुछ के गए सी बैठे उधर गया जे वाली होगी पहला असि इथो चल गए 1000 रुपया कहते ना ना इतनी नहीं करनी अगे जाने अगे अगे जाके क्या 700 ले ओ तो 700 कहंदे सी कहंदे जे 700 कहंदे तुहानू फ्री होगा मैं करना बेती होगी कहंदे घूमो फिर ऐश करो मैं कह ऐश में पैसा भी लगता है डिस्काउंट तो आप देते ही नहीं हो नहीं भैया हम नहीं चलाएंगे यहां आके नहीं गए ऑफ रोड तक ऑफ रोड में आप ही चलाएंगे हम साइड पे बैठेंगे टेंशन खड़े हो जाओगे साइड पे कहां बैठोगे यहां पे बैठेंगे मैं मामा रहा टेंशन मत लो आप मेरा खड़े रहंदे ना खड़े हो जाना पीछे चलो ठीक है ओके वाओ आ गया भाई ये फुट ब्रेक बड़े अभी थोड़ा लेस है ये काम नहीं करती ब्रेक है दी काम नहीं करती है कि अभी चले हैं भाई ना ना नंग लेने दे बड़ी गड्डी अपने नाल मचा ले मचा ले मचा दे तो ब्रेक बैठा दे ओए करे बड़ी बड़ी सबसे बड़ी 10 लाख मिल जाएगी ओ भाई ओ टूट जाएगी भाई यही ऑफ रोड है यहाँ पे हम आज चलाएंगे जे चल बबने हो जा शुरू
ਹਜੇ ਥੋੜਾ ਮੁਰੀ ਆ ਗਿਆ ਗਾਈਆਂ ਨਗਾ ਕੇ ਕਰੂ ਜੇ ਬਈ ਹਾਈ ਭਈਆ ਆਪ ਯਹਾਂ ਬੈਠੇਂਗੇ ਰਾਈਟ ਮੇਂ ਅਭੀ ਹਮ ਚਲਾਏਗਾ ਉਹਨੇ ਡਰ ਲੱਗਾ ਮੈਨੂੰ ਆਣਾ ਪਊ ਇਹ ਡਰ ਨਹੀਂ ਨਾ ਤਾਂ ਮੋਰੇ ਗਾਈਆਂ ਐ ਮੈਂ ਤਾਂ ਹੌਲੀ ਕੀਤੀ ਗਾਈਆਂ ਤਾਂ ਇੰਨੀ ਨਹੀਂ ਫੁੱਟ ਇਤਨਾ ਬਣਾਵਾਂਗੇ ਵੀਡੀਓ ਪਾਵਾਂਗੇ ਰੀਲਸ ਚ ਕਹਿੰਦੇ ਉੱਪਰ ਵਾਲਾ ਏਰੀਆ ਨਾ ਉੱਥੇ ਇੱਕ ਦੋ ਦਿਨ ਪਹਿਲਾਂ ਬਰਫ ਪਈ ਆ ਇਹਨੇ ਪੈਂਦੀ ਰਹਿੰਦੀ ਆ ਰਸਤਾ ਇਹ ਆ ਕਿ ਟ੍ਰੈਕਿੰਗ ਵੀ ਕਰਨੀ ਪਊਗੀ ਸੋ ਟ੍ਰੈਕਿੰਗ ਵੱਲੋਂ ਆਪਣੇ ਹੱਥ ਪਹਿਲੇ ਖੜੇ ਆ ਤੇ ਬਾਕੀ ਕਹਿੰਦੇ ਦਸੰਬਰ ਦਾ ਮਹੀਨਾ ਤੇ ਬਹੁਤ ਬਰਫ ਪੈਂਦੀ ਆ ਮੇਰੇ ਕੋਲ ਤਾਂ ਨਵੰਬਰ ਚ ਪੈਣ ਲੱਗ ਜਾਂਦੀ ਆ ਦਸੰਬਰ ਚ ਤਾਂ ਪੈਂਦੀ ਆ ਤੇ ਬਾਕੀ ਕੀ ਉਹ ਹੋਰ ਭਾਰੀ ਕਹਿੰਦੇ ਆ ਸਾਰੇ ਆਪਣੀ ਗੱਡੀ ਦਾ ਵੀ ਹੋਰ ਨਾ ਦੇ बर्फ तो यही चलानी है हाँ जो बर्फ वाली तो है देखो बर्फ उ पी हुई है ना इस क्रिश मूवी की शूटिंग हुई थी ना पैराशूट वाला सीन जिहड़ा सीगा ओ आ गांव की शूटिंग ये गांव चले रहो दसो की दसना सी इहदे बारे आ रेस मैं कहदी मेरे गुठे च आले ते अज तो साडे ब्रेक है मोरे मेरे ऐसे हाथ जते इधर क्लचे आ ते आ हा हॉर्न पी पी हां भोलू कहंदा नंगते कि नहीं चुप करके ओए ਤੇ ਕਹਿੰਦੇ ਆ ਵੀ ਇੱਥੇ ਮਤਲਬ ਕਰਾਊਡ ਨਹੀਂ ਹੈਗਾ ਪਰ ਆਪਾਂ ਹੁਣ ਦੇਖਾ ਸਲਾਂਗ ਵੈਲੀ ਕਰਾਊਡ ਕਹਿੰਦੇ ਰਹਿੰਦਾ ਹੀ ਇੰਨਾ ਕੁ ਨਾ ਨੋਰਮਲ ਜਿਹਾ ਪਰ ਵਧੀਆ ਆ ਜ਼ਿਆਦਾ ਕਰਾਊਡ ਦੇ ਵਿੱਚ ਕਹਿੰਦੇ ਆ ਨਾ ਬਾਈਕ ਮਿਲਦੀ ਆ ਨਾ ਹੋਰ ਚੀਜ਼ ਐਕਟੀਵਿਟੀ ਦੇਖਣ ਨੂੰ ਮਿਲਦੀ ਆ ਹੁਣ ਐਕਟੀਵਿਟੀ ਪੂਰੀ ਆ ਤੇ ਪੂਰੀ ਐਕਟੀਵਿਟੀ ਆਪਾਂ ਕਰ ਸਕਦੇ ਕੁਛ ਵੀ ਜੇ ਪੈਰਾਸ਼ੂਟ ਨੂੰ ਕਰ ਨਹੀਂ ਮੈਨੂੰ ਕਰਨ ਦਿੰਦੀ ਮੈਂ ਨਜ਼ਾਰੇ ਲਵਾੜੇ ਸਾਨੂੰ ਜ਼ਿੰਦਗੀ ਦਾ ਤਜਰਬਾ ਦਿਖਾ ਲਗਦਾ ਜੀ ਸਾਰਾ ਚਲੋ ਛੋਟੀ ਜੀ ਚਲ ਹੋਰ ਹੈਗੀ ਇੱਕ ਉਹ ਜਿਪ ਲਾਈਨ ਕਰੂੰਗੇ ਤਾਂ ਉੱਪਰ ਥੱਲੇ ਓਕੇ ਠੀਕ ਆ ਦੇਖਾਂਗੇ ਨਹੀਂ ਉਹ ਭਾਜੀ ਨੇ ਗੱਡੀ ਬੜੀ ਢਿੱਲੀ ਆ ਉਹ ਪੁੱਜ ਜਾਂਦੇ ਜਾਗੀ ਪਾਣੀ ਵਿੱਚ ਚਲੇਗੀ ਇਹ ਦੇਖੋ ਇੱਥੋਂ ਵੀ ਕ੍ਰੋਸ ਕਰੂਗਾ ਪਾਣੀ ਇਹ ਵਾਲੀ ਗੱਡੀ ਸਾਡੀ ਕਰੂਗੀ ਹੁਣ ਪਈਆਂ ਚਲਾਓ ਨਹੀਂ ਇਹ ਤੱਕ ਜਾਣਾ ਆਪਾਂ ਮੂਰ ਥੋੜਾ ਆ ਪਈ ਬੈਕ ਬੈ ਕੇ ਰਹਿ ਇਸਕਾ ਉਤਰ ਜਾਓ ਕਹਿੰਦੇ ਛੋੜ ਦੇ ਇਸਕੋ ਅਸੀਂ ਆਪਣੀ ਗੱਡੀ ਸੀ ਉਹ ਕਹਿੰਦੇ ਤੁਸੀਂ ਉੱਥੇ ਤੱਕ ਲੈ ਕੇ ਜਾ ਸਕਦੇ ਹਾਂ ਆਪਾਂ ਰਿਸਕ ਦਾ ਤਾਂ ਨਹੀਂ ਲੈਂਦੇ ਪਏ ਕਿਉਂਕਿ ਵਿੱਚ ਪੱਥਰ ਬਹੁਤ ਹੈ ਤਾਂ ਇਹ 4x4 ਆ ਪਰ ਫਿਰ ਵੀ ਡਰ ਲੱਗਦਾ ਭਾਈ ਤਾਂ ਕਰਕੇ ਆਪਾਂ ਪਿੱਛੇ ਗੱਡੀ ਰੋਕ ਦਿੱਤੀ ਆ ਤੇ ਆਪਣੇ ਨੂੰ ਮੰਜ਼ਰ ਇੱਥੇ ਤੱਕ ਸੀ ਹੁਣ ਇੱਥੋਂ ਆਪਾਂ ਘੁੰਮ ਕੇ ਵਾਪਸ ਜਾਣਾ ਹੈ ਤੇ ਫਿਰ ਦੇਖਦੇ ਹਾਂ ਵਾਪਸ ਜਾ ਕੇ ਆਪਾਂ ਕੀ ਕਰਦੇ ਹਾਂ ਅੱਗੇ ਠੀਕ ਆ ਤੇ ਬਾਕੀ ਵਿਊ ਬਹੁਤ ਸੋਹਣਾ ਇੱਥੇ ਦਾ ਵੀ ਵਿੱਚੋਂ ਕੱਚਾ ਜਿਹਾ ਪੁਲ ਵੀ ਇੱਕ ਤੇ ਚਲੋ ਠੀਕ ਆ ਹੁਣ ਆਪਾਂ ਬੜਾ ਫੋਟੋ ਫੋਟੋ ਖਿੱਚ ਲਈਏ ਫੇਰ ਦੁਬਾਰਾ ਮਿਲਦੇ ਆ ਇੱਧਰ ਆ ਖੜੀ ਬਲੈਰੋ ਆ ਖੜੀ ਸਕਾਰਪੀਓ ਆਪਣੀ ਆਪਣੀ ਪਛਾਣ ਕੇ ਲੈ ਜਾਓ ਪੰਜਾਬ ਨੂੰ ਚਲੋ ਆਪਾਂ ਹੁਣ ਫੋਟੋ ਭਾਜੀ Woo!
तुम साइड पे क्यों बैठे हो? आगे बैठ जाओ, यहाँ पे आ जाओ, यहाँ पे मैं आपको पकड़ लूंगा, नहीं करने दूंगा। ऐसा ही है, गुस्सा करनी नहीं आता, एंजॉय करते हैं ना। समझ गया बंदा, चल मेरा पप, चल चल मेरा पप। मेरी आवाज भी बदल रही है ना, ले जाए उसने। चल थोड़ी देर, थोड़ी चल, मैं ही रख दिया, तू उधर बह जा, छोड़ दे। ਹਾਂਜੀ ਤੇ ਲਓ ਜੀ, ਵੀ ਆਰ ਬੈਕ ਇਨ ਆ ਹੋਟਲ। ਇੰਗਲਿਸ਼ ਵਿੱਚ ਦੱਸਦੀ ਹੈ ਮੈਂ ਕਿਹਾ, ਅਤੇ ਆਪਾਂ ਹੁਣ ਹੋਟਲ ਦੇ ਵਿੱਚ ਆ ਗਏ ਸੀਗੇ, ਅਤੇ ਹੁਣ ਆਪਾਂ ਚੱਲੇ ਹਾਂ ਘੁੰਮਣ ਫਿਰਨ ਇੱਥੇ, ਅਤੇ ਗੱਡੀਆਂ ਗੁੱਡੀਆਂ ਕਾਫੀ ਆਈਆਂ ਹੋਈਆਂ ਆ, ਮਾਲ ਰੋਡ ਤਾਂ ਭਰ ਗਿਆ ਪੂਰਾ, ਟਰੈਕਟਰ ਵੀ ਆਏ ਹੋਏ ਕਹਿੰਦੇ ਅੱਜ ਦਾ। ਹਾਂ ਅਤੇ ਕਹਿਣ ਕਿੱਦਾਂ, ਓਕੇ ਰਿਪੋਰਟ। ਅਤੇ ਅਸੀਂ ਉੱਥੋਂ ਆ ਗਏ ਸੀ ਯਾਰ, ਕੰਨ ਬੰਦ ਹੋ ਗਏ ਭਾਈ, ਤੁਹਾਡੇ ਵੀ ਕੰਨ ਬੰਦ ਹੋਏ ਵਾ, ਮੇਰੇ ਯਾਰ ਕੰਨ ਬੰਦ ਹੋ ਗਏ। ਅਤੇ ਅੱਜ ਉਹ ਜਿਹੜਾ ਆਪਾਂ ਉਹ ਬਾਈਕ ਜਿਹੀ ਚਲਾਈ ਆ, ਬਹੁਤ ਸਵਾਦ ਆਇਆ ਚਲਾ ਕੇ, ਬਹੁਤ ਵਧੀਆ ਚੀਜ਼ ਆ। ਅਤੇ ਜੇ ਤੁਸੀਂ ਆਉਂਗੇ ਤਾਂ ਜ਼ਰੂਰ ਇੱਕ ਵਾਰ ਟਰਾਈ ਕਰਿਓ ਆਫ ਰੋਡ ਦੇ, ਵਧੀਆ ਚਲਾਉਣ ਨੂੰ। ਅਤੇ ਇੱਕ ਦੋ ਹੋਰ ਵੀ ਐਕਟੀਵਿਟੀ ਸੀਗੀਆਂ ਕਰਨੇ ਵਾਲੀਆਂ, ਪਰ ਹਨੇਰਾ ਹੋ ਗਿਆ, ਹਨੇਰੇ ਦੇ ਵਿੱਚ ਰਿਸਕ ਗਏ ਆਪਾਂ, ਤਾਂ ਕਰਕੇ ਉਹ ਨਹੀਂ ਕੀਤੀਆਂ। ਅਤੇ ਆਪਾਂ ਹੁਣ ਆ ਗਏ ਬੈਕ ਹੋਟਲ, ਅਤੇ ਹੁਣ ਆਪਾਂ ਘੁੰਮ ਫਿਰ ਲਈਏ ਨਾਲੇ ਇੱਥੇ, ਅੱਜ ਸ਼ਾਇਦ ਤੰਦੂਰੀ ਮੋਮੋਸ ਖਾਵਾਂਗੇ, ਕੱਲ੍ਹ ਵੀ ਖਾਣੀਆਂ, ਕੱਲ੍ਹ ਸਾਡੇ ਜਾਣੂ ਰੇੜੀ ਜੀ ਬੰਦ ਹੋ ਗਈ ਸੀਗੀ ਜਿੱਥੇ ਆਪਾਂ ਖਾਣੀਆਂ ਸੀਗੀਆਂ ਮੋਮੋਸ। ਅਤੇ ਚਲੋ ਠੀਕ ਹੈ, ਆਪਾਂ ਮੋਮੋਸ ਖਾਂਦੇ ਮਿਲਦੇ ਹਾਂ ਅੱਗੇ, ਮੋਮੋਸ। ਹਾਂਜੀ ਤਾਂ ਲਓ ਜੀ, ਆਪਾਂ ਗੱਡੀ ਗੁੱਡੀ ਪਾਰਕ ਕਰਕੇ ਆ ਗਏ ਹਾਂ, ਅਤੇ ਕਿਰਨ ਅਤੇ ਭਾਅ ਜੀ ਹੁਣ ਸਾਰਿਆਂ ਨੇ ਪਹਿਲਾਂ ਆ ਗਏ ਸੀਗੇ, ਅਤੇ ਹੁਣ ਆਪਾਂ ਕਰਾਂਗੇ ਕਿਰਨ ਨਾਲ ਇੱਕ ਪ੍ਰੈਂਕ ਛੋਟਾ ਜਿਹਾ। ਕਿਰਨ ਤਾਂ ਆਰਾਮ ਨਾਲ ਮਸਤੀ ਜਾ ਕੇ ਪੈ ਗਈ, ਉਹਨੂੰ ਪੱਕਾ ਪਤਾ। ਦੇਖਿਓ
क्या होया? बस की होया? इन्नी डरपोक है तू? किन्ना टाइम हो गया मैं दरवाजा खड़का तेनू? ओए की होया? रोन लग गई। उरे कुछ नहीं होया पुत, कुछ नहीं होया। प्रैंक प्रैंक करन किन? प्रैंक तीन कैमरे करन प्रैंक प्रैंक करन कुछ भी नहीं होया। ले तो सामने देख पे कौन बैठे तेरे? मूह देखो चला के दिखा दे माड़ा जा। हेलो किरण 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 पता चंगा बोले मेनू डर लगता पहले मैं तेन दसी नहीं मेन इतनी बहुत डर लगी जाना हाँ ठीक है हैं चलो हम मिलते हैं डर गई ज्यादा अच्छा कुछ नहीं होया मैं तो यार प्रैंक करन लगा ही पागले तू डर गई तू मेरे होंदे हुए कल डरती होनी है भूतां तो बहुत डरती है चला जा चलिए चला जा कोई नहीं आ लाना दे इना डर अजक डरती पी इना। हेलो की हो गया तेन अज यार होटल इना के ज्यादा बड़ा ना गल्लां छड़ दो अज तक फिर भी है दो चार कमरे च बंदे भूत बंगला जी बहुत बड़ा है होटल अज तक दो तीन कमरे लगे हो कल तक कोई भी नहीं सुन मसान से कल तक बहुत बुरा हाल से चलो ठीक है। हेलो की होया? हेलो दोपहरे क्यों आई मैं तेन पता तो है फिर मैं अच्छा तेन पता सवेरे किया नहीं देना जंगल भी नहीं जिदा कह लो खाली थां आ घर पिछले दिल खड़ जाना जी करने हम तू डर गई पक्का जो मैं हूं नहीं डर दी दलेर बहुत है डर गई सची मैं क्या समझ जाना तेरे मैं क्या उधर प्रैंक करना फिर मैं
ਤਾਂ ਕਿਹਾ ਹੋਗਾ ਤੇਤੇ ਕਰ ਦਿੱਤਾ ਕਿੱਡੀ ਗੱਲ ਹੈ ਕਹਿੰਦਾ ਕੁਛ ਨਹੀਂ ਹੋਏ ਮੇਰੇ ਪ੍ਰੈਂਕ ਨਾ ਚਲੋ ਠੀਕ ਹੈ ਤੇ ਹੁਣ ਆਪਾਂ ਜਿਹੜਾ ਸਵੇਰ ਰੋਟੀ ਪਾਣੀ ਖਾਧਾ ਸੀ ਉਹਦਾ ਖਿਲਾਰਾ ਇੱਦੇ ਪਿਆ ਉਹਨਾਂ ਨੂੰ ਫੋਨ ਕਰ ਦਿਓ ਚੁਕਾ ਦਈਏ ਤੇ ਹੁਣ ਪੀਜ਼ਾ ਪੂਜ਼ਾ ਆਉਣੇ ਵਾਲਾ ਸੋ ਖਾਈਆਂ ਅੱਜ ਤੇ ਲੈ ਮੈਂ ਪੀਜ਼ਾ ਔਡਰ ਕਰਕੇ ਆਇਆ ਥੱਲੇ ਠੀਕ ਹੈ ਚਲ